ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਆਤਮਨਗਰ ਦੇ ਇੰਚਾਰਜ ਗੁਰਮੀਤ ਸਿੰਘ ਕੁਲਾਰ ਦੀ ਦੇਖਰੇਖ ਹੇਟ ਕਰਵਾਈ ਗਈ ਹਲਕਾ ਆਤਮਨਗਰ ਦੇ ਵਰਕਰ ਅਹੁਦੇਦਾਰ ਮਿਲਣੀ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸੱਤਾ ਵਿੱਚ ਰਹਿੰਦੇ ਅਤੇ ਹੁਣ ਵੀ ਵਰਕਰਾਂ ਨੂੰ ਨੇੜਿਓ ਹੋਂ ਮਿਲਣ ਵਿੱਚ ਉਹ ਵਿਸ਼ਵਾਸ ਰੱਖਦੇ ਹਨ। ਉਹਨਾਂ ਨਵਜੋਤ ਸਿੰਘ ਸਿੱਧੂ ਦੇ ਬਿਆਨ 'ਤੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਬਿਆਨ ਦੇਸ਼ ਲਈ ਮੰਦਭਾਗੇ ਹਨ। ਇਸ ਮੌਕੇ ਜੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਵਰਕਰ ਅਤੇ ਅਹੁਦੇਦਾਰ ਮਿਲਣੀ ਉਹਨਾਂ ਵਿੱਚ ਨਵਾਂ ਜੋਸ਼ ਪੈਦਾ ਕਰਦੀ ਹੈ। ਹਲਕਾ ਆਤਮਨਗਰ ਦੇ ਇੰਚਾਰਜ ਗੁਰਮੀਤ ਸਿੰਘ ਕੁਲਾਰ ਦਾ ਕਹਿਣਾ ਸੀ ਕਿ ਲੋਕ ਮੌਜੂਦਾ ਕਾਂਗਰਸ ਸਰਕਾਰ ਦੀਆਂ ਲੋਕ ਲੁਭਾਣੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਵਾਅਦਿਆਂ ਵਾਲਾ ਝੂਠ ਦਾ ਚਿਹਰਾ ਨੰਗਾ ਹੋ ਚੁੱਕਿਆ ਹੈ। ਇਸ ਮੌਕੇ ਜ਼ਿਲ੍ਹਾ ਜਥੇਦਾਰ ਰਣਜੀਤ ਸਿੰਘ ਢਿੱਲੋਂ, ਜਥੇਦਾਰ ਹਰਭਜਨ ਸਿੰਘ ਡੰਗ, ਬਾਬਾ ਅਜੀਤ ਸਿੰਘ, ਇੰਦਰਜੀਤ ਸਿੰਘ ਗਿੱਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਅੱਜ ਵਰਕਰ ਮਿਲਣੀ ਦੇ ਤਹਿਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸਾਹਿਬ ਅਕਾਲੀ ਦਲ ਦੇ, ਗੁਰਮੀਤ ਸਿੰਘ ਕੁਲਾਰ ਸਾਹਿਬ ਦੇ ਹਲਕੇ 'ਚ ਆਤਮਨਗਰ 'ਚ ਆ ਰਹੇ ਆ। ਮੈਂ ਸਮਝਦਾ ਕਿ ਬਹੁਤ ਚੰਗਾ ਉਪਰਾਲਾ ਕੀਤਾ ਪ੍ਰਧਾਨ ਸਾਹਿਬ ਨੇ, ਕਿਉਂਕਿ ਜਿੱਥੇ CM ਸਾਹਿਬ ਹੈਗੇ ਆ ਪੰਜਾਬ ਦੇ, ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਮਿਲਦੇ ਨਹੀਂ, ਅਤੇ ਸਾਡੇ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਜੀ ਹਰ ਵਰਕਰਾਂ ਦੀ ਮਿਲਣੀ 'ਚ ਜਾਂਦੇ ਆ, ਵਰਕਰਾਂ ਨਾਲ ਗੱਲ ਕਰਦੇ, ਹਰ ਹਲਕੇ ਵਾਈਜ਼ ਉਹਨਾਂ ਨੇ ਪ੍ਰੋਗਰਾਮ ਰੱਖੇ ਹੋਏ 117 ਹਲਕੇ 'ਚ। ਇਹ ਬਹੁਤ ਚੰਗਾ ਕੰਮ ਹੈ ਜਦੋਂ ਵਰਕਰਾਂ ਦੇ ਨਾਲ ਅਟੈਚਮੈਂਟ ਹੁੰਦੀ ਆ, ਵਰਕਰ ਆਪਣੇ ਦੁੱਖ ਸਾਂਝੇ ਕਰਦੇ ਆ, ਸੁੱਖ ਸਾਂਝੇ ਕਰਦੇ ਆ, ਆਈਡੀਆ ਦਿੰਦੇ ਆ, ਅਤੇ ਮੈਂ ਸਮਝਦਾ ਸੁਖਬੀਰ ਸਿੰਘ ਬਾਦਲ ਸਾਹਿਬ ਵਰਗਾ ਲੀਡਰ ਹੋਣਾ ਚਾਹੀਦਾ ਜਿਹੜਾ ਹਰ ਸੁੱਖ ਦੁੱਖ 'ਚ ਗਾ ਕੇ ਖੜਦੇ ਆ, ਅਤੇ ਅੱਜ ਬਹੁਤ ਲੋਕਾਂ ਦੇ ਵਿੱਚ ਚਾਅ ਆ ਹਰ ਹਲਕੇ 'ਤੇ ਜਿੱਥੇ ਜਾ ਰਹੇ ਆ। ਅੱਜ ਹਲਕਾ ਆਤਮਨਗਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਜੀ ਬਾਦਲ ਵਰਕਰ ਮਿਲਣੀ ਪ੍ਰੋਗਰਾਮ ਤਹਿਤ ਅੱਜ ਵਰਕਰਾਂ ਨੂੰ ਮਿਲਣ ਆ ਰਹੇ ਨੇ। ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਹਲਕਾ ਆਤਮਨਗਰ ਦੇ ਵਰਕਰ ਸਾਹਿਬਾਨ ਦੇ ਵਿੱਚ ਕਿ ਪ੍ਰਧਾਨ ਸਾਹਿਬ ਜਿੱਥੇ ਵਰਕਰਾਂ ਨੂੰ ਰੂਬਰੂ ਹੋਣਗੇ ਉੱਥੇ ਸੁਜੈਸ਼ਨਜ਼ ਜਿਹੜੀਆਂ ਵਾ ਉਹ ਵੀ ਮੰਗੀਆਂ ਜਾਣਗੀਆਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਡਟ ਕੇ ਮੁਕਾਬਲਾ ਕੀਤਾ ਜਾ ਸਕੇ। ਬੜਾ ਅਨਫੋਰਚੁਨੇਟ ਹੈ ਕਿ ਜੋ ਸਿੱਧੂ ਸਾਹਿਬ ਦਾ ਬਿਹੇਵੀਅਰ ਸੀ ਅਨਕੋਲਡ ਫੋਰ ਹੈ, ਇਹ ਜੀ ਲੈਂਗੁਏਜ ਜੋ ਵਰਤੀ ਹੈ ਉਹ ਵਰਤਣੀ ਨਹੀਂ ਚਾਹੀਦੀ ਸੀ ਉਹਨੂੰ। ਮੈਂ ਉਹੀ ਕਹਿੰਦਾ ਕਿ ਉਹਨਾਂ ਨੂੰ ਘਬਰਾਹਟ ਹੋਈ ਪਈ ਹੈ, ਕਿਉਂਕਿ ਪੰਜਾਬ ਜਾਂਦੇ ਨਹੀਂ, ਜਨਤਾ ਨੂੰ ਮਿਲਦੇ ਨਹੀਂ, ਜਨਤਾ ਉਹਨਾਂ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਵੰਡ ਨਹੀਂ ਦਿੰਦੀ। ਜੋ ਝੂਠ ਬੋਲ ਕੇ ਝੂਠੀਆਂ ਸਹੁੰ ਖਾ ਕੇ ਲੋਕਾਂ ਤੋਂ ਵੋਟਾਂ ਲਿੱਤੀਆਂ ਸੀ, ਹੁਣ ਜਨਤਾ ਸਵਾਲ ਪੁੱਛਦੀ ਹੈ ਕਿ ਤੁਸੀਂ ਝੂਠੀਆਂ ਸਹੁੰ ਖਾਧੀਆਂ, ਹੁਣ ਤੁਸੀਂ ਜਵਾਬ ਦਿਓ, ਜਵਾਬ ਦੇ ਨਹੀਂ ਸਕਦੇ। ਇਸ ਕਰਕੇ ਪਾਰ ਅਸੈਂਬਲੀ ਵਿੱਚ, ਕਿਉਂਕਿ ਉਹਨਾਂ ਦੀ ਸਟਰੈਂਥ ਹੈ, ਉਹਨਾਂ ਉਹਦੇ ਸਟਰੈਂਥ ਨੂੰ ਵਰਤਣ ਚਾਹੁੰਦੇ ਹੈ, ਡਾਇਰੈਕਸ਼ਨ ਲੋਕਾਂ ਦੀ ਚੇਂਜ ਕਰਨਾ ਚਾਹੁੰਦੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।